ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਐਨਟੀਐਸਸੀ ਪ੍ਰੈਪਰੇਸ਼ਨ ਦੇ ਰਿਗਾਰਡਿੰਗ ਅੱਜ ਅਸੀਂ ਨੈਕਸਟ ਜੋ ਟਾਪਿਕ ਕਰਨ ਜਾ ਰਹੇ ਹਾਂ ਐਨਟੀਐਸਸੀ 2021-22 ਸਟੇਜ 1 ਇਗਜ਼ਾਮ ਦੇ ਲਈ 멘ਟਲ ਅਬਿਲਿਟੀ ਅਨੁਵਾਸੀ ਕਰ ਰਹੇ ਹਾਂ ਮੈਟ ਜੋ ਪੇਪਰ ਆਂਦਾ ਹੈ ਇਦੇ ਅੰਡਰ ਅਸੀਂ ਅੱਜ ਟੌਪਿਕ ਕਰਾਂਗੇ ਡਾਇਰੈਕਸ਼ਨ ਸੈਂਸ ਟੈਸਟ ਡਾਇਰੈਕਸ਼ਨ ਸੈਂਸ ਦੇ ਉੱਤੇ ਗੱਲ ਕਰਾਂਗੇ ਡਾਇਰੈਕਸ਼ਨ ਦਾ ਤੁਹਾਨੂੰ ਪਤਾ ਦਿਸ਼ਾਵਾਂ ਨੂੰ ਕਹਿੰਦੇ ਨੇ ਇਹਨੂੰ ਸਮਝਣ ਲਈ ਸਭ ਤੋਂ ਪਹਿਲੇ ਤੁਹਾਨੂੰ ਇੱਕ ਡਾਇਗਰਾਮ ਜੋ ਹੈ ਇਹ ਸਿੱਖਣਾ ਪਵੇਗਾ ਜੋ ਮੈਂ ਇੱਥੇ ਬਣਾ ਰਿਹਾ ਜਿਸ ਤਰ੍ਹਾਂ ਇਹ ਨਾਰਥ ਉੱਤਰ ਸਾਊਥ ਦੱਖਣ ਵੈਸਟ ਪੱਛਮ ਈਸਟ ਪੂਰਬ ਹੁਣ ਇਹਨੂੰ ਡਿਵਾਈਡ ਕਰ ਦਈਏ ਇਸ ਤਰੀਕੇ ਦੇ ਨਾਲ ਇਹਦੇ ਇਨ ਬਿਟਵੀਨ ਡਾਇਰੈਕਸ਼ਨ ਜਿਹੜੀਆਂ ਉਹ ਬਣ ਜਾਂਦੀਆਂ ਨੇ ਜੇ ਅਸੀਂ ਇਹਨੂੰ ਸਮਝਣਾ ਹੋਵੇ ਤੇ ਇਹਨੂੰ ਕੀ ਕਰਾਂਗੇ ਨਾਰਥ ਵੈਸਟ ਕਹਾਂਗੇ ਕਿਉਂਕਿ ਨਾਰਥ ਤੇ ਵੈਸਟ ਦੇ ਵਿਚਾਰੀ ਹੈ ਇਹ ਸਾਊਥ ਤੇ ਵੈਸਟ ਵਿਚਾਰੀ ਨੂੰ ਕਹਾਂਗੇ ਸਾਊਥ ਵੈਸਟ ਤੇ ਇਹ ਸਾਊਥ ਤੇ ਈਸਟ ਦੇ ਵਿੱਚ ਆ ਰਹੀ ਹੈ ਇਹਨੂੰ ਅਸੀਂ ਕਹਾਂਗੇ ਸਾਊਥ ਈਸਟ ਤੇ ਜਿਹੜੀ ਨਾਰਥ ਤੇ ਈਸਟ ਜਾ ਰਹੀ ਹੈ ਇਹਨੂੰ ਕਹਾਂਗੇ ਨਾਰਥ ਈਸਟ ਸੋ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਐਂਡ ਇਹਦੇ ਵਿੱਚ ਜਿਹੜੀ ਫਾਈਨਲ ਡਾਇਰੈਕਸ਼ਨ ਹੈ ਉਹ ਅਸੀਂ ਦੇਖਣੀ ਹੁੰਦੀ ਹੈ ਜਿਸ ਪੁਆਇੰਟ ਤੋਂ ਅਸੀਂ ਸਟਾਰਟ ਕੀਤਾ ਉਹਦੀ ਡਾਇਰੈਕਸ਼ਨ ਨੂੰ ਲੈ ਕੇ ਚੱਲਣਾ ਹੁੰਦਾ ਤੇ ਜਿੱਦਾਂ ਕੋਈ ਫਾਰਵਰਡ ਚੱਲਦਾ ਹੈ ਬੈਕਵਰਡ ਚੱਲਦਾ ਉਹਨੂੰ ਅਸੀਂ ਡਾਇਰੈਕਸ਼ਨ ਦੇ ਹਿਸਾਬ ਨਾਲ ਦੇਖਦੇ ਹਾਂ ਸੋ ਕੋਸ਼ਿਸ਼ ਕਰਦੇ ਆ ਪ੍ਰਸ਼ਨ ਹੱਲ ਕਰਨ ਦੀ ਉਮੀਦ ਹੈ ਤੁਹਾਨੂੰ ਸਮਝਣ 'ਚ ਆਸਾਨੀ ਹੋਏਗੀ ਤੋਂ ਬੁੱਕ ਦੀ ਹੈਲਪ ਦੇ ਨਾਲ ਇਹਨੂੰ ਕਰਾਂਗੇ ਕਿਉਂਕਿ ਕੁਝ ਵਿੱਚ ਡਾਇਗਰਾਮੈਟਿਕ ਪੋਰਸ਼ਨ ਹੈ ਜੋ ਕਿ ਤੁਹਾਨੂੰ ਉੱਥੋਂ ਸਮਝਣਾ ਸੌਖਾ ਹੋਏਗਾ ਚਲੋ ਇੱਕ ਐਗਜ਼ਾਮਪਲ ਤੋਂ ਅਸੀਂ ਸਟੱਡੀ ਕਰਦੇ ਆ ਜਿਸ ਤਰ੍ਹਾਂ ਇਹਦੇ ਵਿੱਚ ਕੁਐਸਚਨ ਹੈ A man is facing west man ਹੈ ਆਪਣਾ ਜਿਹੜਾ ਫੇਸ ਹੈ ਵੈਸਟ ਵਾਲੀ ਸਾਈਡ ਪੱਛਮ ਵੱਲ ਆਪਣਾ ਮੂੰਹ ਕੀਤਾ ਹੈ ਤੇ ਉਹ 45 ਡਿਗਰੀ ਦਾ ਕੋਣ ਬਣਾਉਂਦਾ ਹੈ ਕਲੋਕਵਾਈਸ ਡਾਇਰੈਕਸ਼ਨ ਫਿਰ 180 ਡਿਗਰੀ ਦਾ ਕੋਣ ਬਣਾਉਂਦਾ ਹੈ ਇੰਦਾ ਸੇਮ ਡਾਇਰੈਕਸ਼ਨ ਫਿਰ 270 ਦਾ ਕੋਣ ਬਣਾਉਂਦਾ ਐਂਟੀਕਲੋਕਵਾਈਸ ਸੋ ਕਿਹੜੀ ਡਾਇਰੈਕਸ਼ਨ ਚ ਉਹਦਾ ਹੁਣ ਫੇਸ ਹੈ ਤੈਨੂੰ ਕਿੱਦਾਂ ਕਰਾਂਗੇ ਕਲੀਅਰ ਹੈ ਇੱਥੋਂ ਕਿ ਮੈਂ ਇਨੀਸ਼ੀਅਲੀ ਫੇਸਿਸ ਦਾ ਡਾਇਰੈਕਸ਼ਨ ਓਏ ਏ ਡਾਇਰੈਕਸ਼ਨ ਓਏ ਇਧਰ ਵੈਸਟ ਹੋਏਗਾ ਵੈਸਟ ਲਿਖ ਸਕਦੇ ਇੱਥੇ ਇਸ ਡਾਇਰੈਕਸ਼ਨ ਚ ਹੈ ਇਨੀਸ਼ੀਅਲੀ ਐਂਡ ਹੀ ਫੇਸਿਸ ਇਨ ਡਾਇਰੈਕਸ਼ਨ ਓ ਬੀ ਓ ਬੀ ਇਸ ਡਾਇਰੈਕਸ਼ਨ ਨੂੰ ਫੇਸ ਕਰ ਰਿਹਾ ਐ ਨੂੰ ਫਰਦਰ ਜੇ 45 ਡਿਗਰੀ ਤੇ ਮੂਵ ਕਰ ਜਾਂਦਾ ਯਾਨੀ ਇੱਥੋਂ ਜਦੋਂ 45 ਡਿਗਰੀ ਤੇ ਮੂਵ ਕਰ ਰਿਹਾ ਕਲੋਕਵਾਈਜ਼ ਇੱਥੇ ਆ ਗਿਆ ਨਾ ਡਾਇਰੈਕਸ਼ਨ ਹੁਣ 45 ਡਿਗਰੀ ਤੇ ਬੀ ਤੇ ਆ ਗਿਆ ਫਿਰ ਉਹ 180 ਤੇ ਮੂਵ ਕਰਦਾ ਹੁਣ 45 ਤੋਂ 180 ਦਾ ਕੋਣ ਇੱਥੋਂ ਤੱਕ ਲੈਣਾ ਹੈ ਉਹ ਸੀ ਤੱਕ ਆ ਗਿਆ ਇੱਥੇ ਫਾਈਨਲੀ 270 ਤੇ ਐਂਟੀ ਕਲੋਕਵਾਈਜ਼ ਮੂਵ ਕਰ ਜਾਂਦਾ ਹੈ ਇੱਥੇ ਤਾਂ ਡਾ 180 ਤੇ ਆ ਗਿਆ 180 ਤੇ ਫਿਰ ਪਿੱਛੇ ਨੂੰ 270 ਡਿਗਰੀ ਜਾਏਗਾ ਤੇ ਡੀ ਤੇ ਆ ਜਾਏਗਾ ਠੀਕ ਹੈ ਜੀ ਸੋ A ਕੀ ਬਣ ਗਿਆ OD OD ਜਿਹੜੀ ਡਾਇਰੈਕਸ਼ਨ ਹੈ ਅਸੀਂ ਹੁਣ ਇਹਨੂੰ ਕਿੱਦਾਂ ਫਾਈਂਡ ਆਊਟ ਕਰਾਂਗੇ ਜਿਸ ਤਰ੍ਹਾਂ ਤੁਹਾਨੂੰ ਮੈਂ ਡਾਇਗਰਾਮ ਦਿੱਤਾ ਇੱਥੋਂ ਤੁਸੀਂ ਦੇਖ ਲਓ ਇੱਥੇ ਕਿਹੜੀ ਡਾਇਰੈਕਸ਼ਨ ਆndi ਹੈ that is the south west ਉਹ ਦੀ ਡਾਇਰੈਕਸ਼ਨ ਕੀ ਹੋਏਗੀ south west ਸੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਕੁਐਸਚਨ ਆਰਾਮ ਨਾਲ ਸਮਝ ਆ ਗਿਆ ਹੋਵੇਗਾ ਸੋ ਮੈਨੂੰ ਉਮੀਦ ਹੈ ਤੁਹਾਨੂੰ ਫਸਟ ਜਿਹੜਾ ਕੁਐਸਚਨ ਹੈ ਸਮਝ ਆ ਗਿਆ ਹੋਵੇਗਾ ਇਸੇ ਤਰ੍ਹਾਂ ਅਸੀਂ ਦੂਸਰਾ ਕੁਐਸਚਨ ਟਰਾਈ ਕਰਦੇ ਹਾਂ if you are facing north east north east and move 10 meter forward then turn a left move 7.5 meter uh, when you are ਤੁਸੀਂ ਫਿਰ ਕਿੱਥੇ ਹੋ ਇਹਨੂੰ ਕਿਦਾ ਸੋਲਵ ਕਰਨਾ ਹੈ ਫਸਟ ਆਫ ਅਲ ਇਹਦੇ ਵਾਸਤੇ ਇੱਕ ਟ੍ਰੈਂਗਲ ਹੀ ਬਣੇਗਾ ਜਿਸ ਤਰ੍ਹਾਂ ਇੱਥੇ ਦੇਖੀਏ ਅਸੀਂ ਕਿੱਥੋਂ ਗਏ ਆ ਨਾਰਥ ਈਸਟ ਨਾਰਥ-ਈਸਟ ਦੀ ਜਿਹੜੀ ਤੁਹਾਨੂੰ ਇੱਥੋਂ ਮੈਂ ਡਾਇਰੈਕਸ਼ਨ ਸੈਂਸ ਦੱਸੀ ਸੀ ਇਹ ਹੀ ਬਣਦੀ ਹੈ ਨਾਰਥ-ਈਸਟ ਦੀ ਇਹ ਡਾਇਗਰਾਮ ਤੁਸੀਂ ਜਰੂਰ ਯਾਦ ਕਰ ਲੈਣਾ ਇਹ ਨਾਲ ਤੁਹਾਨੂੰ ਬੜੀ ਹੈਲਪ ਹੋਏਗੀ ਇਹ ਬਾਰ-ਬਾਰ ਮੈਂ ਕਹਿ ਰਿਹਾ ਇਹਨੂੰ ਡਾਇਗਰਾਮ ਨੂੰ ਬਣਾ ਲਓ ਇੱਧਰ ਨੂੰ ਨਾਰਥ-ਈਸਟ ਬਣਦਾ ਹੈ ਤਾਂ ਏ ਬੀ ਤੋਂ ਅਸੀਂ ਨਾਰਥ-ਈਸਟ ਵੱਲੇ ਗਏ ਸੀ ਕਿੰਨੇ 10 ਮੀਟਰ ਠੀਕ ਹੈ ਜੀ ਉਹਦੇ ਬਾਅਦ ਫਿਰ ਅਸੀਂ ਲੈਫਟ ਟਰਨ ਕਰਕੇ ਇੱਥੋਂ ਇੱਕ ਸਾਈਡ ਰਾਈਟ ਜਾਂਦੀ ਹੈ ਇੱਕ ਲੈਫਟ ਸੀ ਵਾਲੀ ਸਾਈਡ ਲੈਫਟ ਚੱਲੇ ਗਏ 7.5 ਮੀਟਰ ਫਿਰ ਅਸੀਂ ਹੁਣ ਆਪਣੀ ਪੋਜੀਸ਼ਨ ਦੱਸਣੀ ਹੈ ਪੋਜੀਸ਼ਨ ਸਾਡੀ ਏ ਸੀ ਦੇ ਹਿਸਾਬ ਨਾਲ ਬਣਦੀ ਹੈ ਇੱਥੇ ਫਿਰ ਅਸੀਂ ਰਾਈਟ ਐਂਗਲ ਟ੍ਰੈਂਗਲ ਪਾਈਥਾਗੋਰਸ ਥੀਰਮ ਲਗਾਵਾਂਗੇ ਤੇ ਅਸੀਂ ਇੱਥੇ AC ਦੀ ਵੈਲਿਊ ਕੱਢ ਲਾਂਗੇ ਤੁਹਾਨੂੰ ਪਤਾ ਹੀ ਹੈ ਲੰਬ ਦਾ ਸਕੁਅਰ ਤੇ ਆਧਾਰ ਦਾ ਸਕੁਅਰ ਕਰਕੇ ਇੱਥੇ ਵੈਲਿਊ ਬਣ ਜਾਂਦੀ ਹੈ ਬਣ ਜਾਂਦਾ 12.5 ਸੋ ਨਰੇਟਰ ਇਜ਼ 12.5 ਮੀਟਰ ਟੂ ਨਾਰਥ ਆਫ ਹਿਸ ਇਨੀਸ਼ੀਅਲ ਪੋਜੀਸ਼ਨ ਸੋ ਆਪਣੀ ਇਨੀਸ਼ੀਅਲ ਪੋਜੀਸ਼ਨ ਦੇ ਨਾਰਥ ਵੱਲ ਚਲਾ ਗਿਆ ਕਿੱਥੇ ਉਹ 12.5 ਮੀਟਰ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਇਹ ਦੋਨੇ ਕੁਐਸਚਨ ਸਮਝ ਆ ਗਏ ਹੋਣਗੇ ਇਸੇ ਤਰ੍ਹਾਂ ਹੀ 3rd ਕੁਐਸਚਨ ਟਰਾਈ ਕਰਦੇ ਆਂ ਵਨ ਡੇ ਰਵੀ ਲਿਫਟ ਹੋਮ ਰਵੀ ਇੱਕ ਦਿਨ ਘਰ ਤੋਂ ਗਿਆ ਐਂਡ ਸਾਈਕਲ 10 ਕਿਲੋਮੀਟਰ ਸਾਊਥਵਾਰਡ ਸੌਥ ਨੂੰ 10 ਕਿਲੋਮੀਟਰ ਸਾਈਕਲ ਚਲਾਇਆ ਫਿਰ ਉਹ ਰਾਈਟ ਮੂਵ ਕੀਤਾ ਫਿਰ ਉਹਨੇ 5 ਕਿਲੋਮੀਟਰ ਗਿਆ ਫਿਰ ਉਹ ਰਾਈਟ ਗਿਆ ਫਿਰ 10 ਕਿਲੋਮੀਟਰ ਗਿਆ ਫਿਰ ਲੈਫਟ ਗਿਆ ਫਿਰ 10 ਕਿਲੋਮੀਟਰ ਹੋਮ ਐਨੀ ਕਿਲੋਮੀਟਰ ਹੀ ਹੈਵ ਫਰੋਮ ਆ he has to cycle to reach his home state ਹੁਣ ਆਪਣੇ ਘਰ ਜਾਣ ਨੂੰ ਉਹਨੂੰ ਕਿੰਨੇ ਕਿਲੋਮੀਟਰ ਜਾਣੇ ਪੈਣਗੇ ਸੋ ਇਸ ਤਰ੍ਹਾਂ ਦਾ ਡਾਇਗਰਾਮ ਬਣ ਰਿਹਾ ਇਥੋਂ ਕਲੀਅਰ ਹੋ ਜਾਂਦਾ ਹੈ ਕਿ ਜਿਹੜਾ ਰਵੀ ਆ ਸਟਾਰਟ ਕਰਦਾ A ਤੇ A ਤੋਂ ਸਟਾਰਟ ਕੀਤਾ ਉਹਨੇ ਫਿਰ ਗਿਆ ਸਾਊਥ ਇਧਰ ਨੀਚੇ ਸਾਊਥ ਹੁੰਦਾ ਹੈ ਡਾਇਗਰਾਮ 'ਚ ਤੁਸੀਂ ਦੇਖ ਸਕਦੇ ਹੋ ਉੱਪਰ ਨਾਰਥ ਹੈ ਥੱਲੇ ਸਾਊਥ ਹੈ ਇਸੇ ਤਰ੍ਹਾਂ ਥੱਲੇ ਗਿਆ ਹੈ 10 ਕਿਲੋਮੀਟਰ ਫਿਰ ਉਹਦੇ ਬਾਅਦ ਉਹਨੇ 5 ਕਿਲੋਮੀਟਰ ਗਿਆ ਫਿਰ ਉਹਦੇ ਬਾਅਦ ਉੱਪਰ ਨੂੰ ਚਲਾ ਗਿਆ 10 ਕਿਲੋਮੀਟਰ ਫਿਰ ਉਹ 10 ਕਿਲੋਮੀਟਰ ਗਿਆ ਹੁਣ ਇਥੋਂ ਕਲੀਅਰ ਹੋ ਜਾਂਦਾ ਹੈ ਸੋ ਹਿਸ ਡਿਸਟੈਂਸ ਫਰੋਮ ਇਨੀਸ਼ੀਅਲ A ਤੋਂ ਉਹਦੀ ਡਿਸਟੈਂਸ ਕੀ ਬਣ ਜਾਂਦੀ ਹੈ ਉਹ ਬਣ ਜਾਏਗੀ AE ਅਸੀਂ AE ਡਿਸਟੈਂਸ ਕੱਢਣੀ ਹੈ ਫਿਰ ਕਿੱਦਾਂ ਨਿਕਲੇਗੀ ਪਹਿਲੇ ਅਸੀਂ AD ਲਵਾਂਗੇ ਫਿਰ ਅਸੀਂ DE ਲਵਾਂਗੇ ਇਹ ਦੋਨਾਂ ਨੂੰ ਪਲੱਸ ਕਰਨਾ ਪਵੇਗਾ ਸਾਨੂੰ ਪਤਾ ਹੈ ਸਾਡੀ ਜਿਹੜੀ ਡਿਸਟੈਂਸ ਹੈ AD AD ਸਾਡੀ ਜਿਹੜੀ ਹੈ BC ਦੇ ਬਰਾਬਰ ਹੈ ਬਰਾਬਰ ਹੈ ਨਾ ਇਹ ਸਾਈਟਸ ਜਿਹੜੀਆਂ ਤਾਂ ਇੱਥੇ 5 ਕਿਲੋਮੀਟਰ ਆ ਗਿਆ ਤੇ DE ਜਿਹੜੀ ਹੈ ਡਿਸਟੈਂਸ ਉਹ ਸਾਨੂੰ 10 ਕਿਲੋਮੀਟਰ ਦਿੱਤੀ ਹੈ ਤਾਂ ਇਹਦਾ ਆਨਸਰ ਆਇਆਗਾ 15 ਕਿਲੋਮੀਟਰ অপਸ਼ਨ B ਸੋ ਤੇ ਆਹਦੇ ਨਾਲ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਅਸੀਂ ਚੌਥੀ ਐਗਜ਼ੈਂਪਲ ਟਰਾਈ ਕਰਦੇ ਹਾਂ ਚਾਈਲਡ ਇਜ਼ ਲੁਕਿੰਗ ਫਾਰ ਹਿਸ ਫਾਦਰ ਹੀ ਵੈਂਟ 90 ਮੀਟਰ ਇਨ ਈਸਟ 90 ਮੀਟਰ ਈਸਟ ਵੱਲ ਜਾਂਦਾ ਹੈ ਬਿਫੋਰ ਟਰਨਿੰਗ ਟੂ ਹਿਸ ਰਾਈਟ ਰਾਈਟ ਮੁੜਨ ਤੋਂ ਪਹਿਲੇ ਹੀ ਵੈਂਟ ਬੀ ਮੀਟਰ ਬਿਫੋਰ ਟਰਨਿੰਗ ਟੂ ਹਿਸ ਰਾਈਟ ਅਗੇਨ ਟੂ ਲੁੱਕ ਫਾਰ ਹਿਸ ਫਾਦਰ ਐਂਡ ਅੰਕਲਸ ਪਲੇਸ 3 ਮੀਟਰ ਫਰਮ ਹਿਸ ਪੁਆਇੰਟ ਹਿਸ ਫਾਦਰ ਵਾਸ ਨੋਟ ਥੇਅਰ ਫਰਮ ਥੇਅਰ ਹੀ ਵੈਂਟ 100 ਮੀਟਰ ਟੂ ਦਾ ਨਾਰਥ ਬਿਫੋਰ ਮੀਟਿੰਗ ਹਿਸ ਫਾਦਰ ਹੋ ਫਾਰ ਡਿਡ ਦਾ ਸਨ ਮੀਟ ਹਿਸ ਫਾਦਰ ਫਰਮ ਦਾ ਸਟਾਰਟਿੰਗ ਪੁਆਇੰਟ ਹੁਣ ਆਪਣੇ ਫਾਦਰ ਨੂੰ ਇੱਕ ਬੱਚਾ ਮਿਲ ਰਿਹਾ ਉਹ ਜਿਗਜੈਗ ਪਾਥ ਵਿੱਚ ਜਾ ਰਿਹਾ ਕਿਸ ਤਰ੍ਹਾਂ ਆਪਣੇ ਫਾਦਰ ਕੋਲ ਪਹੁੰਚੇਗਾ ਸੋ ਇਹਦੇ ਵਿੱਚ ਕੀ ਹੈ ਬੱਚਾ ਜਿਹੜਾ A ਤੋਂ ਸਟਾਰਟ ਕਰਦਾ ਹੈ 90 ਕਿਲੋਮੀਟਰ ਈਸਟ ਸਾਈਡ A ਤਾਂ ਦੀ ਈਸਟ ਸਾਈਡ ਹੈ ਡਾਇਗਰਾਮ ਤੋਂ ਕਲੀਅਰ ਹੈ ਇਧਰ ਨੂੰ 60 ਤਾਂ 30 90 ਬਣ ਗਿਆ ਨਾ ਇੱਥੇ B ਤੇ ਪਹੁੰਚ ਗਿਆ ਫਿਰ ਉਹ ਰਾਈਟ ਸਾਈਡ ਜਾਂਦਾ ਹੈ ਰਾਈਟ ਸਾਈਡ ਕੀ ਬਣੇਗੀ ਉਹਦੀ ਇੱਥੋਂ ਅਸੀਂ ਰਾਈਟ ਸਾਈਡ ਬਣਾਨੀ ਹੈ B ਮੀਟਰ ਥੱਲੇ ਨੂੰ ਚਲਾ ਗਿਆ C ਤੇ ਆ ਗਿਆ ਫਿਰ ਉੱਥੋਂ ਰਾਈਟ ਚਲਾ ਜਾਂਦਾ 3 ਮੀਟਰ ਫਿਰ ਅਸੀਂ D ਤੇ ਆ ਗਿਆ ਫਾਈਨਲੀ ਉਹ ਰਾਈਟ ਟਰਨ ਕਰਦਾ ਹੈ ਤੇ ਉਹ 100 ਮੀਟਰ ਤੱਕ ਪਹੁੰਚ ਜਾਂਦਾ ਇੱਥੇ E ਤੇ 100 ਮੀਟਰ ਪਹੁੰਚਦਾ ਇੱਥੇ ਤੁਹਾਨੂੰ ਪਤਾ ਹੈ ਇਹ 20 ਮੀਟਰ ਹੈ ਤਾਂ ਇਹ ਵੀ 20 ਮੀਟਰ ਆਏਗੀ ਤੇ 100 ਚੋਂ 20 ਕੱਢ ਦਾਂਗੇ ਤਾਂ ਇਹ 80 ਮੀਟਰ ਹੋ ਜਾਏਗਾ ਸੋ ਕਲੀਅਰ ਹੈ ਥੋ AB ਕੀ ਆਏਗਾ ਤੁਹਾਡਾ ਜਿਹੜਾ A ਤੇ B 90 ਬਣ ਰਿਹਾ ਨਾ ਇਹ 60 ਤੇ 30 90 ਐਂਡ BF ਜਿਹੜਾ BF ਹੈ ਉਹ ਤੁਹਾਡਾ CD ਦੇ ਬਰਾਬਰ ਹੈ 30 ਮੀਟਰ ਹੈ। ਤਾਂ ਇਸੇ ਤਰ੍ਹਾਂ ਸੀ AF ਫਾਈਂਡ ਕਰਨਾ ਹੈ। AF ਕਿਦਾ ਫਾਈਂਡ ਕਰਾਂਗੇ? AB ਦੇ ਵਿੱਚੋਂ BF ਕੱਢਾਂਗੇ। 60 ਆ ਗਿਆ। ਇਸੇ ਤਰ੍ਹਾਂ ਜਿਹੜਾ DE ਹੈ ਇਹ ਜਿਹੜੀ ਉੱਪਰ ਨੂੰ ਲਾਈਨ ਹੈ DE ਹੈ। DE ਸਾਡੀ ਕਿੰਨੀ ਹੈ 100 ਮੀਟਰ। ਠੀਕ ਹੈ ਨਾ? ਤੇ ਜਿਹੜਾ BC ਅਸੀਂ ਇੱਥੋਂ ਕੱਢ ਲਿਆ 20 ਮੀਟਰ ਤੇ ਅਸੀਂ EF ਕੱਢਣਾ ਉਹ 80 ਮੀਟਰ ਆ ਜਾਏਗਾ। ਤਾਂ ਹੁਣ ਉਹਦੀ ਡਿਸਟੈਂਸ ਕੀ ਬਣਦੀ ਹੈ? ਸਟਾਰਟਿੰਗ ਪੁਆਇੰਟ ਤੋਂ ਇਥੋਂ ਸਟਾਇਰ ਕੀਤਾ ਇਹਨਾਂ ਨੇ ਤਾਂ ਇੱਥੇ ਪਹੁੰਚ ਕੇ ਕਿੰਨੀ ਦੂਰੀ ਬਣੀ ਹੁਣ ਇਥੇ E ਤੇ ਪਹੁੰਚਿਆ ਤਾਂ AE ਸੀ ਦੂਰੀ ਦੱਸਣੀ ਹੈ ਤਾਂ ਇੱਥੇ ਫਿਰ ਪਾਈਥਾਗੋਰਸ ਥੀਰਮ ਲੱਗੇਗੀ ਇਹਨਾਂ ਦੋਨਾਂ ਦਾ ਸਕੁਅਰ ਕਰਕੇ ਪਲੱਸ ਕਰਕੇ ਸਕੁਅਰ ਰੂਟ ਲਵਾਂਗੇ ਤਾਂ ਇਹ ਬਣ ਜਾਏਗਾ ਸਾਡਾ 100 ਮੀਟਰ ਤਾਂ AE ਡਿਸਟੈਂਸ ਕਿੰਨੀ ਆਏਗੀ ਸਾਡੀ 100 ਮੀਟਰ ਸੋ ਸਾਡਾ ਆਪਸ਼ਨ ਆਏਗਾ B ਸੋ ਧਿਆਨ ਦੇ ਨਾਲ ਦੇਖੋ ਮੈਨੂੰ ਉਮੀਦ ਆ ਤੁਹਾਨੂੰ ਇਹ ਸਮਝ ਆ ਜਾਏਗਾ ਕੁਐਸਚਨ ਇਸੇ ਤਰ੍ਹਾਂ ਸੀ ਇਹਨੂੰ ਸੋਲਵ ਕਰਨਾ ਹੈ ਇੱਕ ਹੋਰ ਐਗਜ਼ਾਮਪਲ ਦੇ ਨਾਲ ਇਹਨੂੰ ਸੋਲਵ ਕਰਦੇ ਆਂ ਕਲਾਸ਼ ਜਿਹੜਾ ਫੇਸ ਟੁਵਾਰਡ ਨਾਰਥ ਕਲਾਸ਼ ਨੇ ਆਪਣਾ ਮੂੰਹ ਨਾਰਥ ਵੱਲ ਕੀਤਾ ਫਿਰ ਰਾਈਟ ਸਾਈਡ ਜਾਂਦਾ ਹੈ 25 ਮੀਟਰ ਫਿਰ ਉਹ ਲੈਫਟ ਸਾਈਡ ਜਾਂਦਾ 30 ਮੀਟਰ ਫਿਰ ਉਹ 25 ਮੀਟਰ ਜਾਂਦਾ ਉਸ ਜਗ੍ਹਾ ਤੋਂ ਰਾਈਟ ਸਾਈਡ ਫਿਰ ਉਹ ਰਾਈਟ ਸਾਈਡ ਦੁਆਰਾ ਜਾਂਦਾ ਤੇ 55 ਮੀਟਰ ਜਾਂਦਾ ਫਾਈਨਲੀ ਉਹ ਰਾਈਟ ਸਾਈਡ ਟਰਨ ਕਰ ਜਾਂਦਾ ਤੇ ਮੂਵ ਕਰਦਾ 40 ਮੀਟਰ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ ਆਪਣੀ ਸਟਾਰਟਿੰਗ ਪੁਆਇੰਟ ਤੋਂ ਤਾਂ ਇੱਥੋਂ ਕਿਤਾਬ ਪਤਾ ਲੱਗੇਗਾ ਫਸਟ ਆਫ 올 ਅਸੀਂ ਕਲਾਸ ਜਿਹੜਾ ਹੈ ਟਰਨ ਕਰਦਾ ਰਾਈਟ ਫਰੋਮ ਨਾਰਥ ਇੱਥੇ ਨਾਰਥ ਹੈ ਇੱਥੋਂ 25 ਚਲਾ ਗਿਆ 20 ਤੇ ਆ ਗਿਆ 25 ਮੀਟਰ ਤੇ 20 ਤੇ ਆ ਗਿਆ ਫਿਰ ਇੱਥੋਂ ਲੈਫਟ ਜਾਂਦਾ ਇਹ ਆਪਰ ਨੂੰ ਲੈਫਟ ਆ ਗਿਆ 30 ਮੀਟਰ ਚਲਾ ਗਿਆ ਸੀ ਤੇ ਫਿਰ ਉਹ ਰਾਈਟ ਜਾਂਦਾ ਤੇ ਉਹਦੇ ਹਿਸਾਬ ਦੇ ਨਾਲ ਸੀ ਤੇ ਪਹੁੰਚ ਗਿਆ ਠੀਕ ਹੈ ਟਰਨ ਰਾਈਟ ਐਂਡ ਗੋਸ 25 ਮੀਟਰ ਡੀ ਤੇ ਆ ਗਿਆ ਥੇ D ਤੇ ਫੇਰ ਉਹ ਰਾਈਟ ਜਾਂਦਾ ਤੇ 55 ਮੀਟਰ ਥੱਲੇ E ਤੇ ਆ ਜਾਂਦਾ। ਉਹਦੇ ਬਾਅਦ E ਤੋਂ ਫੇਰ ਜਾਂਦਾ ਮੂਵ ਕਰਦਾ ਫਾਈਨਲ ਪੋਜੀਸ਼ਨ ਤੇ F ਤੇ ਆ ਜਾਂਦਾ 40 ਮੀਟਰ। ਤੇ ਹੁਣ ਅਸੀਂ F ਇਸ ਦਾ ਸਾਊਥ ਈਸਟ। F ਕਿੱਥੇ ਆ ਤੁਹਾਡੀ ਸਾਊਥ ਈਸਟ। ਇਹ ਜਿਹੜੀ ਡਾਇਰੈਕਸ਼ਨ ਹੈ ਸਾਊਥ ਈਸਟ ਹੈ A ਦੇ ਸਟਾਰਟਿੰਗ ਦੇ ਵਿੱਚ ਕਿਉਂਕਿ A ਦਾ ਉਹਨੇ ਕਿੱਥੋਂ ਸਟਾਰਟ ਕੀਤਾ ਨਾਰਥ ਤੋਂ। A ਨਾਰਥ ਹੈ ਨਾ? ਤਾਂ ਨਾਰਥ ਦੇ ਰਾਈਟ ਸਾਈਡ ਜਿਹੜੀ ਹੈ ਈਸਟ ਸਾਈਡ ਆਉਂਦੀ ਹੈ ਇਸ ਤਰ੍ਹਾਂ। ਇੱਥੇ ਪਹੁੰਚ ਗਿਆ। ਤੇ ਇੱਥੇ ਸਾਊਥ-ਈਸਟ ਸਾਈਡ ਬਣੇਗੀ। ਜੇ ਲੈਫਟ ਸਾਈਡ ਨੂੰ ਜਾਏਗਾ ਤਾਂ ਵੈਸਟ ਸਾਈਡ ਬਣੇਗੀ। ਉਹ ਰਾਈਟ ਸਾਈਡ ਨੂੰ ਗਿਆ। ਤੇ ਇਸ ਹਿਸਾਬ ਨਾਲ ਦੀ ਈਸਟ ਸਾਊਥ-ਈਸਟ ਸਾਈਡ ਬਣੀ ਹੈ। ਇਹਦਾ ਆਪਸ਼ਨ ਆ ਗਿਆ ਡੀ। ਬਹੁਤ ਆਸਾਨ ਕੁਐਸਚਨ ਹੈ ਸਿਰਫ ਪਾਜ਼ਲ ਕਰਨ ਨੂੰ ਹੈ। ਤੁਸੀਂ ਵਾਰ-ਵਾਰ ਮੈਂ ਫੇਰ ਕਹ ਰਿਹਾ ਐ ਡਾਇਗਰਾਮ ਨਹੀਂ ਛੱਡਣਾ ਇਹ ਨੂੰ ਜ਼ਰੂਰ ਤੁਸੀਂ ਯਾਦ ਕਰਨਾ। ਬਾਕੀ ਇਹਦੇ ਵਿੱਚ ਐਕਸਰਸਾਈਜ਼ ਦੇ ਕੁਐਸਚਨ ਹੈ ਮੈਂ ਤੁਹਾਨੂੰ ਇਹ ਐਕਸਰਸਾਈਜ਼ ਸੈਂਡ ਕਰ ਦਾਂਗਾ। ਇਹ ਤੁਸੀਂ ਸੋਲਵ ਕਰਨੀ ਹੈ। ਤੇ ਪੂਰੀ ਉਮੀਦ ਹੈ ਤੁਹਾਨੂੰ ਇਹ ਐਕਸਰਸਾਈਜ਼ ਸੋਲਵ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਏਗੀ ਬੜੇ ਸੋਖੇ ਪ੍ਰਸ਼ਨ ਨੇ ਸੋ ਕਿਸ ਤਰ੍ਹਾਂ ਵੀਡੀਓ ਲਗਾ ਕਾਈਂਡਲੀ ਕਮੈਂਟ ਜਰੂਰ ਕਰਨਾ ਤੇ ਆਲਮੋਸਟ ਅਸੀਂ ਮੈਂਟਲ ਅਬਿਲਟੀ ਦੇ ਸਾਰੇ ਟਾਪਿਕ ਕਵਰ ਕਰ ਲਏ ਨੇ ਜੇ ਕਿਸੇ ਟਾਪਿਕ ਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਹੈ ਤੁਸੀਂ ਰਿਵੀਜ਼ਨ ਚਾਹਦੇ ਹੋ ਤਾਂ ਅਸੀਂ ਰਿਵਾਈਜ਼ ਕਰਵਾ ਦਾਂਗੇ ਤੋਂ ਇਹ ਡਾਇਗਰਾਮ ਤੁਸੀਂ ਛੱਡਣਾ ਨਹੀਂ ਇਹਨੂੰ ਜਰੂਰ ਯਾਦ ਰੱਖਣਾ ਇਹ ਡਾਇਗਰਾਮ ਦੇ ਨਾਲ ਹੀ ਤੁਹਾਡੇ ਕੁਐਸਚਨ ਨਿਕਲਦੇ ਨੇ ਧੰਨਵਾਦ ਵੀਡੀਓ ਦੇਖਣ ਲਈ ਐਂਡ ਵੈਸਟ ਆਫ ਲੱਕ ਫਾਰ ਐਗਜ਼ਾਮ